जिथे एक पासे किसान जथेबंदियां अपने हक लैण वास्ते किसान पिंडां चों वड्डी गिणती विच दिल्ली बॉर्डर ते पहुंचे हुए हैं, उत्थे ही दूजे पासे अगर पिंडां ते गल करिए तां हुण पिंडां दी निहार वी जिहड़ी बदलनी शुरू हो गई है। असी इस टाइम ते जिला अमृतसर दे पिंड मल्लू नंगल विच मौजूद हाँ। तो मल्लू नंगल दे पिंड दे बाहर बनी पार्क दा एक बार तुहानू दृश्य जिहड़ा है असी उह दिखा दिंदे हां। ये जथेदार दलीप सिंह दी नाम ते यादगारी पार्क जिहड़ा है वह बनाया गया पिंड मल्लू नंगल दे विच। पार्क बहुत जिहड़ी है वधिया बनाई गई है ते पार्क दी मेंटेनेंस जिहड़ी है बहुत वधिया तरीके नाल रखी गई है, जिथे कि सवेर वेले बच्चे आके कसरत करदे आ ते शाम नूं बजुर्ग आके इत्थे बैठदे आ ते गलबात करदे आ। जिस तरह पिंडां च सत्थां च बैठ के बजुर्ग गल्लांबातां करदे आ, उस तरह हुण पिंड मल्लू नंगल दे विच इत्थे आके बजुर्ग बैठ के गलबात करदे आ ते अपना समां जिहड़ा है बतीत करदे आ। तां इस दे नाल ही तुहानूं दसदी है कि पार्क दे अंदर जिहड़े माटो है उह वी बणाए गए आ। पहला माटो जिहड़ा बणाया गया किसान मजदूर एकता दा माटो जिहड़ा इत्थे तैयार इहनां वल्लों कीता गया। अगर होर तुहानूं इस बारे दसीए तां जिहड़ा पिंड दे सरपंच ते होर टीम वल्लों जिहड़ा इस दे नाल एक झील वी जिहड़ी है उह बणाई जा रही है, तां उस दे लई वी जिहड़ी है काम जिहड़ा चल रहा है। तां उन्हां दा कहना जल्द ही जिहड़ी है झील है उह बणाई जाएगी। सो होर कदों इह जिहड़ी आ पार्क है बनाउणी शुरू कीती ते किस तरह दीआं मुश्किलां जिहड़ियां आईआं ते हुण पिंड वालिआं दा किस तरह दा सहयोग मिल रहा, इह सब दे लई असीं इस पिंड दे सरपंच को जाणन दी कोशिश करदे हां। ਸਾਡਾ ਇਹ ਸ਼ੌਂਕ ਸੀਗਾ ਕਿ ਅਸੀਂ ਇਸ ਪਿੰਡ ਨੂੰ ਇੱਕ ਸ਼ਹਿਰੀ ਰੂਪ ਦਈਏ ਅਤੇ ਅਸੀਂ ਇਹ ਪਿੰਡ ਨੂੰ ਬਹੁਤ ਵਧੀਆ ਬਣਾ ਸਕੀਏ, ਅਤੇ ਜਿਹਦੇ ਨਾਲ ਸਾਨੂੰ ਪਿੰਡ ਦਾ ਵੀ ਕਾਫੀ ਸਹਿਯੋਗ ਆ। ਇੱਕ ਵੀਰ ਜੀ ਗੁਰਵਿੰਦਰ ਆ, ਇਹ ਵੀ ਸਾਡੇ ਨਾਲ ਪੂਰਾ ਸਹਿਯੋਗ ਦਿੰਦੇ ਨੇ। ਇੱਕ ਪਿੰਡ ਦੇ ਵੀਰ ਸਾਰੇ ਇਕੱਠੇ ਹੋ ਕੇ ਬਹੁਤ ਸਾਰਾ ਸਹਿਯੋਗ ਦਿੰਦੇ ਅਤੇ ਅਸੀਂ ਪਿੰਡ ਦੇ ਵਿੱਚ ਬਹੁਤ ਸਾਰਾ ਕੰਮ ਕਰਵਾਇਆ। ਗਲੀਆਂ ਨਾਲੀਆਂ ਵੀ ਪੱਕੀਆਂ ਬਣਵਾਈਆਂ ਨੇ, ਪੌਦੇ ਵੀ ਲਗਾਏ ਆ, ਅਤੇ ਹੋਰ ਅਸੀਂ ਛੱਪੜ ਦਾ ਵੀ ਸਾਡਾ ਇਹ ਆ ਕਿ ਅਸੀਂ ਛੱਪੜ ਨੂੰ ਵੀ ਝੀਲ ਦਾ ਰੂਪ ਦਈਏ, ਅਤੇ ਪਲੇਗਰਾਊਂਡ ਵੀ ਬਣਾ ਰਹੇ ਹਾਂ, ਅਤੇ ਪਾਰਕਾਂ ਵੀ ਚਿਲਡਰਨ ਪਾਰਕ ਵੀ ਬਣਾਈ ਆ, ਇੱਕ ਟੈਂਕੀ 'ਤੇ ਪਾਰਕ ਬਣਾਈ ਆ, ਬਹੁਤ ਸੁੰਦਰ ਪਾਰਕ ਬਣਾਈ ਆ। ਕਿਸ ਤਰ੍ਹਾਂ ਦਿਮਾਗ 'ਚ ਆਇਆ ਤੁਹਾਡੇ, ਕਿਹਾ ਨੌਜਵਾਨਾਂ ਦੀ ਡਿਮਾਂਡ ਸੀਗੀ ਇਸ ਤਰ੍ਹਾਂ ਦੀ ਚੀਜ਼ਾਂ ਬਣਵਾਈਆਂ ਜਾਣ 'ਤੇ, ਕਿ ਖੁਦ ਹੀ ਤੁਹਾਡਾ ਇਨੀਸ਼ੀਏਟਿਵ ਸੀਗਾ? ਸਾਰਿਆਂ ਦਾ ਸਾਡਾ ਖੁਦ ਹੀ ਇਹ ਸੀਗਾ ਕਿ ਅਸੀਂ ਇਹ ਪਿੰਡ ਨੂੰ ਵਧੀਆ ਬਣਾਈਏ, ਕਿ ਸਾਡਾ ਮਨ ਹੀ ਇੱਦਾਂ ਸੀਗਾ। ਹਮੇਸ਼ਾ ਹੀ ਜਦੋਂ ਗੱਲ ਕੀਤੀ ਜਾਂਦੀ ਪਿੰਡਾਂ ਦੀ ਤੇ ਪਿੰਡਾਂ ਦੀ ਅਲੱਗ ਹੀ ਇੱਕ ਤਸਵੀਰ ਸਾਹਮਣੇ ਆਉਂਦੀ ਹੈ, ਲੇਕਿਨ ਆਹ ਪਿੰਡ ਇੱਕ ਵੱਖਰੀ ਮਿਸਾਲ ਸਾਹਮਣੇ ਬਣ ਕੇ ਲੋਕਾਂ ਦੇ ਸਾਹਮਣੇ ਆ ਰਿਹਾ, ਕਿ ਕਿੰਨੀ ਕੁ ਖੁਸ਼ੀ ਲੱਗ ਰਹੀ ਹੈ ਕਿ ਮਿਹਨਤ ਕੀਤੀ ਹੋਈ ਜਿਹੜੀ ਹੈ ਤੁਹਾਨੂੰ ਫਲ ਲੱਗਦਾ ਹੈ ਨਜ਼ਰ ਆ ਰਿਹਾ? ਸਾਨੂੰ ਬਹੁਤ ਖੁਸ਼ੀ ਆ ਕਿ ਸਾਨੂੰ ਬਹੁਤ ਸਾਰਾ ਸਹਿਯੋਗ ਮਿਲ ਰਿਹਾ ਇਸ ਪਿੰਡ ਬਾਰੇ, ਵੀ ਅਸੀਂ ਬਹੁਤ ਵਧੀਆ ਬਣਾ ਰਹੇ ਹਾਂ, ਅਤੇ ਸਾਨੂੰ ਬਹੁਤ ਦੂਰੋਂ ਦੂਰੋਂ ਤੋਂ ਸਾਨੂੰ ਫੋਨ ਵੀ ਆਉਂਦੇ ਆ, ਅਤੇ ਅਸੀਂ ਸਾਡਾ ਇਹੀ ਮਨ ਆ ਕਿ ਅਸੀਂ ਇਹਨੂੰ ਸ਼ਹਿਰੀ ਰੂਪ ਦਈਏ। ਅਕਸਰ ਹੀ ਪਿੰਡਾਂ ਦੀ ਗ੍ਰਾਂਟ ਨੂੰ ਲੈ ਕੇ ਬਹੁਤ ਕਿੰਤੂ ਪਰੰਤੂ ਰਹਿੰਦੀ ਹੈ, ਤੁਹਾਨੂੰ ਪ੍ਰੋਪਰ ਗ੍ਰਾਂਟ ਆ ਰਹੀ ਹੈ? ਜੇ ਅਗਰ ਆ ਰਹੀ ਹੈ ਤਾਂ ਕੀ ਉਹਨੂੰ ਇਸਤੇਮਾਲ ਕੀਤਾ ਜਾ ਰਿਹਾ ਜੀ ਪਿੰਡ ਵਾਸਤੇ? ਹਾਂਜੀ, ਸਾਨੂੰ ਗ੍ਰਾਂਟ ਕੈਪਟਨ ਸਰਕਾਰ ਵੱਲੋਂ ਬਹੁਤ ਮਿਲ ਰਹੀ ਆ, ਅਤੇ ਅਸੀਂ ਉਹ ਕੰਮ ਕਰ ਰਹੇ ਹਾਂ। ਕੋਈ ਵੀ ਸਾਡੇ ਨਾਲ ਕੋਈ ਵੀ ਉੱਚਾ ਨੀਵਾਂ ਕੋਈ ਵੀ ਨਹੀਂ ਹੈ, ਵੀ ਧੜੇਬੰਦੀ ਤੋਂ ਉੱਠ ਕੇ ਤੁਸੀਂ ਕੰਮ ਕਰਦੇ? ਹਾਂਜੀ, ਧੜੇਬੰਦੀ ਤੋਂ ਉੱਠ ਕੇ ਕਰਦੇ। ਹੁਣ ਅਗਲੇ ਤੁਹਾਡੇ ਤੁਸੀਂ ਕੀ ਸੋਚਿਆ ਕਿ ਹੁਣ ਅੱਗੇ ਕੀ ਤੁਸੀਂ ਬਣਾ ਰਹੇ ਹੋ, ਕੋਈ ਝੀਲ ਬਣਾ ਰਹੇ ਹੋ ਜਾਂ ਕੀ ਹੋਰ ਤੁਹਾਡਾ ਅਪਕਮਿੰਗ ਪਲਾਨ ਕੀ ਹੈ? ਹਾਂਜੀ, ਅੱਗੇ ਸਾਡਾ ਇਹੀ ਪਲੇਨ ਆ ਵੀ ਅਸੀਂ ਇਹ ਛੱਪੜ ਜਿਹੜਾ ਬਹੁਤ ਵਧੀਆ ਬਣਾਈਏ, ਅਤੇ ਹੋਰ ਵੀ ਜੋ ਵੀ ਪਿੰਡਾਂ ਦੇ ਪਿੰਡ ਦੇ ਕੰਮ ਨੇ ਉਹ ਵੀ ਅਸੀਂ ਕਰ ਸਕੀਏ, ਸਾਨੂੰ ਸਰਕਾਰ ਦਾ ਸਹਿਯੋਗ ਮਿਲੇ, ਅਤੇ ਜੋ ਮਨਰੇਗਾ ਵੱਲੋਂ ਉਹ ਵੀ ਸਾਨੂੰ ਬਹੁਤ ਸਾਰਾ ਸਹਿਯੋਗ ਮਿਲ ਰਿਹਾ। ਦੇਖੋ ਜੀ, ਅਸੀਂ 2015 ਤੋਂ ਸ਼ੁਰੂ ਕੀਤਾ ਸੀ ਪਿੰਡ ਦਾ ਨਗਰ ਦਾ ਸਹਿਯੋਗ ਕਰਕੇ, ਥੋੜ੍ਹਾ ਥੋੜ੍ਹਾ ਕੰਮ ਜਿੱਦਾਂ ਪਿੰਡ ਦੀ ਮੇਨ ਇੰਟਰਸਟ ਆ ਉਹਨੂੰ ਦਰਖਤ ਵਧੀਆ ਲਾ ਕੇ ਸੁੰਦਰ ਦਿੱਖ ਦੇਣੀ ਕੀਤੀ ਸੀ। ਉਸ ਤੋਂ ਬਾਅਦ ਸਾਨੂੰ ਜਿਹੜੀ ਉਹ ਪੰਚਾਇਤ ਚੰਗੀ ਸਰਪੰਚ ਚੰਗਾ ਮਿਲ ਗਿਆ ਜੀ, ਉਹਨਾਂ ਦਾ ਸਾਡੇ ਨਾਲ ਬਹੁਤ ਸਹਿਯੋਗ ਹੈ ਜੀ। ਉਹਨਾਂ ਦੇ ਸਹਿਯੋਗ ਨਾਲ ਮਨਰੇਗਾ ਤਹਿਤ ਕੁਝ NRI ਵੀਰਾਂ ਦੇ ਸਹਿਯੋਗ ਨਾਲ, ਨਗਰ ਦੇ ਸਹਿਯੋਗ ਨਾਲ ਉਹ ਜਿਹੜੀਆਂ ਸਾਡੀਆਂ 2 ਪਾਰਕਾਂ ਪਿੰਡ 'ਚ ਬਣੀਆਂ ਨੇ, ਜਿਹੜੀ ਇੱਕ ਆਪਣੀ ਪਾਣੀ ਵਾਲੀ ਵਾਟਰ ਵਾਸਤੇ, ਇੱਕ ਜਿਹੜੀ ਉਹ ਗੰਦੇ ਛੱਪੜ ਨੂੰ ਸਾਫ਼ ਕਰਕੇ ਜਿੱਥੇ ਬਹੁਤ ਗੰਦਗੀ ਸੀ, ਲਾਗੇ ਸਕੂਲ ਸੀ, ਉਹ ਬੱਚਿਆਂ ਨੂੰ ਜਿਹੜਾ ਸੀ ਉਹ ਬਹੁਤ ਪ੍ਰੋਬਲਮ ਸੀ, ਉਹ ਵੀ ਜਿਹੜਾ ਵਾ ਇੱਕ ਵਧੀਆ ਪਾਰਕ ਬਣਾਈ ਹੈ। ਉਸ ਤੋਂ ਬਾਅਦ ਅਸੀਂ ਜਿਹੜੀ ਉਹ ਲੇਕ ਬਣਾ ਰਹੇ ਹਾਂ ਉਹਦਾ ਜਿਹੜਾ ਉਹ ਕੰਮ ਚੱਲ ਰਿਹਾ ਵਾ। ਇੱਕ ਜਿਹੜਾ ਉਹ ਸਾਡਾ ਵਧੀਆ ਜਿੰਮ ਜਿਹੜੀ ਸਾਡੀ ਪਲੇਗਰਾਊਂਡ ਆ ਉਹਦਾ ਕੰਮ ਸਾਡਾ ਜਿਹੜਾ ਵਾ ਉਹ ਥੋੜ੍ਹੇ ਚਿਰ ਨੂੰ ਜਿਹੜਾ ਉਹ ਚੱਲ ਜਾਣਾ ਵਾ। ਕਿਸ ਤਰ੍ਹਾਂ ਦਿਮਾਗ 'ਚ ਸਾਰਾ ਕੰਸੈਪਟ ਆਇਆ, ਕਿਉਂਕਿ ਲੇਕ ਜੇਕਰ ਲੇਕ ਦਾ ਨਾਮ ਚੰਡੀਗੜ੍ਹ ਲੋਕਾਂ ਦੇ ਦਿਮਾਗ 'ਚ ਆਉਂਦਾ ਸੀ,
ਦੇਖੋ ਜੀ ਉਹ ਸਾਨੂੰ ਇਹ ਸੀ ਕਿ ਜਿਸ ਤਰ੍ਹਾਂ ਬਹੁਤ ਸਾਰੇ ਲੋਕਾਂ ਦੇ ਮਨਾਂ 'ਚ ਗੱਲਾਂ ਹੁੰਦੀਆਂ ਕਿ ਪਿੰਡ ਜਿਹੜੇ ਆ ਬਹੁਤ ਗੰਦਗੀ ਹੁੰਦੀ ਆ, ਉੱਥੇ ਉਹ ਮਤਲਬ ਕਿ ਵਾਤਾਵਰਨ ਐਡਾ ਨਹੀਂ ਸਾਫ਼ ਹੁੰਦਾ, ਕੋਈ ਗੰਦੇ ਪਾਣੀ ਜਿਹੜੇ ਉਹ ਛੱਪੜ ਦੇ ਵਿੱਚ ਪੈ ਜਾਂਦੇ ਆ। ਤਾਂ ਸਾਡੇ ਮਨ 'ਚ ਆਇਆ ਕਿ ਕਿਉਂ ਨਾ ਅਸੀਂ ਇਹਨੂੰ ਗੰਦੇ ਛੱਪੜ ਨੂੰ ਸਾਫ਼ ਕਰਕੇ ਅਤੇ ਇੱਥੇ ਸੈਰਗਾਹ ਬਣਾਈ ਜਾਵੇ, ਅਤੇ ਲੇਕ ਜਿਹੜੀ ਆ ਉਹ ਜਿੱਦਾਂ ਚੰਡੀਗੜ੍ਹ ਆਮ ਮਸ਼ਹੂਰ ਆ ਉਹਦਾ ਜਿਹੜਾ ਅਸੀਂ ਸੋਚਿਆ ਸੀਗਾ ਕਿ ਵਿੱਚ ਉਹਦੇ ਕਿਸ਼ਤੀ ਵਗੈਰਾ ਛੱਡੀ ਜਾਵੇ, ਹੋਰ ਵੀ ਜਿਹੜੇ ਉਹਦੇ ਵਿੱਚ ਕੰਮ ਜਿੱਦਾਂ ਫੁਹਾਰੇ ਵਗੈਰਾ ਲਗਾਏ ਜਾਣ, ਬੂਟੇ ਲਗਾਏ ਜਾਣ, ਸਲੋਗਨ ਵਗੈਰਾ ਲਿਖੇ ਜਾਣ, ਜਿੱਦਾਂ ਨਸ਼ਿਆਂ ਤੋਂ ਜਿਹੜੀ ਆ ਸਾਡੀ ਨੌਜਵਾਨ ਪੀੜ੍ਹੀ ਨੂੰ ਜਿਹੜੀ ਆ ਉਹ ਸਿਹਤ ਮਿਲ ਸਕੇ। ਹਮੇਸ਼ਾ ਹੀ ਪਿਛਲੀ ਸਰਕਾਰਾਂ ਦੀ ਗੱਲ ਕੀਤੀ ਜਾਵੇ ਤਾਂ ਨਸ਼ੇ ਦੇ ਕਰਕੇ ਕਾਫ਼ੀ ਉਹਨਾਂ ਨੂੰ ਸੈਟਬੈਕ ਵੀ ਲੱਗਾ ਸੀਗਾ, ਕੀ ਲੱਗਦਾ ਕਿ ਨੌਜਵਾਨ ਜਿਹੜਾ ਵਾ, ਜਿਵੇਂ ਦਿੱਲੀ ਬਾਰਡਰਾਂ 'ਤੇ ਵੀ ਗਏ ਸੀ, ਉਸ ਤੋਂ ਬਾਅਦ ਉਹਨਾਂ ਨੇ ਸਾਬਿਤ ਕਰਤਾ ਕਿ ਪੰਜਾਬ ਦਾ ਨੌਜਵਾਨ ਨਸ਼ੇੜੀ ਨਹੀਂ ਹੈਗਾ, ਲੇਕਿਨ ਤੁਸੀਂ ਸਲੋਗਨ ਲਗਾ ਰਹੇ ਹੋ, ਲੱਗਦਾ ਵਾ ਕਿ ਜਿਹੜੇ ਲੋਕ ਕਰਦੇ ਹੋਣਗੇ ਉਹਨਾਂ ਨੂੰ ਕੋਈ ਨਾ ਕੋਈ ਸੇਧ ਮਿਲੇਗੀ। ਦੇਖੋ ਜੀ ਇਹ ਜਿਹੜਾ ਵਾ ਜਿਹੜਾ ਨਸ਼ਿਆਂ ਦਾ ਹੜ ਪੰਜਾਬ ਦੇ ਵਿੱਚ ਵਗਿਆ ਸੀ ਉਹ ਬਹੁਤ ਜਗ੍ਹਾ 'ਤੇ ਜਿਹੜਾ ਵਗਿਆ ਸੀ, ਪਰ ਬਹੁਤਾ ਜ਼ਿਆਦਾ ਜਿਹੜਾ ਵਾ ਉਹ ਬਦਨਾਮ ਵੀ ਨੌਜਵਾਨਾਂ ਨੂੰ ਕੀਤਾ ਜਾ ਰਿਹਾ। ਇਹ ਸਾਡਾ ਪਿੰਡ ਜਿਹੜਾ ਇਹ ਮਿਸਾਲ ਆ ਕਿ ਨੌਜਵਾਨ ਇਕਜੁੱਟ ਹੋ ਕੇ ਇਹ ਜਿਹੜਾ ਸਾਰਾ ਕਾਰਜ ਪਿੰਡ ਦਾ ਕਰਦੇ ਨੇ, ਮੇਨ ਐਂਟਰੈਂਸ ਦਾ ਕੰਮ ਕਰਨਾ ਜਾਂ ਹੋਰ ਸਾਡੇ ਇਤਿਹਾਸਿਕ ਗੁਰਦੁਆਰਾ ਵਾ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਸਾਹਿਬ ਜੀ ਜਦੋਂ ਇੱਥੋਂ ਆਏ ਨੇ ਗੁਰੂ ਕੇ ਬਾਗ ਅਤੇ ਇੱਥੇ ਰੁਕ ਕੇ ਗਏ ਨੇ, ਸਾਰੀਆਂ ਹੀ ਸੇਵਾਵਾਂ ਜਿਹੜੀਆਂ ਉਹ ਨੌਜਵਾਨ ਸਾਰੇ ਰਲ ਮਿਲ ਕੇ ਜਿਹੜਾ ਉਹ ਕਰਦੇ ਨੇ। ਇਹ ਬਹੁਤ ਮਾੜੀ ਗੱਲ ਹੈ ਜਿਹੜਾ ਨੌਜਵਾਨਾਂ ਨੂੰ ਬਦਨਾਮ ਕੀਤਾ ਜਾਂਦਾ ਹੈ ਕਿ ਨਸ਼ਿਆਂ ਦੇ ਵਹਿਣ 'ਚ ਵੜ ਗਏ ਨੇ। ਸਾਡੇ ਪਿੰਡ ਮਿਸਾਲ ਹੈ, ਹੱਥੀਂ ਕੰਮ ਕਰਦੇ ਨੇ ਨੌਜਵਾਨ, ਬਹੁਤ ਸਾਰੇ ਕੰਮ ਉਹਨਾਂ ਨੇ ਕੀਤੇ। ਤਾਂ ਇਹ ਸੀ ਪਿੰਡ ਮੱਲੂ ਨੰਗਲ ਜੋ ਜ਼ਿਲ੍ਹਾ ਅੰਮ੍ਰਿਤਸਰ ਨਾਲ ਸੰਬੰਧਿਤ ਹੈ, ਜਿਸ ਪਿੰਡ 'ਚ ਮਨਰੇਗਾ ਅਤੇ ਜੋ ਸਰਕਾਰ ਵੱਲੋਂ ਗ੍ਰਾਂਟ ਆਉਂਦੀ ਹੈ ਉਸਦੀ ਮਦਦ ਨਾਲ ਪਿੰਡ ਦੇ ਸਰਪੰਚ ਅਤੇ ਪਿੰਡ ਦੇ ਲੋਕਾਂ ਵੱਲੋਂ ਇੱਕ ਵਧੀਆ ਪਾਰਕ ਅਤੇ ਇੱਕ ਵਧੀਆ ਝੀਲ ਬਣਾਉਣ ਦੀ ਜਿਹੜੀ ਕੋਸ਼ਿਸ਼ ਹੈ ਕੀਤੀ ਜਾ ਰਹੀ ਹੈ। ਤਾਂ ਅਸੀਂ ਪਿੰਡ ਦੇ ਸਰਪੰਚ ਨਾਲ ਅਤੇ ਪਿੰਡ ਵਾਸੀਆਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਪਿੰਡ ਦੇ ਲੋਕ ਹੈ ਉਹ ਸ਼ਾਮ ਨੂੰ ਸੈਰ ਕਰ ਸਕਣ, ਤਾਂ ਇਸ ਲਈ ਉਹਨਾਂ ਵੱਲੋਂ ਵਧੀਆ ਤਰੀਕੇ ਨਾਲ ਸੈਰਗਾਹ ਜਿਹੜੀ ਬਣਾਈ ਗਈ ਹੈ, ਤਾਂ ਜਿਹੜਾ ਪਿੰਡ ਦਾ ਛੱਪੜ ਹੁੰਦਾ ਤਾਂ ਉਸ ਲਈ ਇੱਕ ਵਧੀਆ ਝੀਲ ਬਣਾਉਣ ਦੀ ਜਿਹੜੀ ਉਹਨਾਂ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਪਿੰਡ ਦੇ ਜਿਹੜੇ ਹੈ ਬੱਚੇ ਕੋਈ ਸੇਧ ਲੈ ਸਕਣ, ਇਸ ਲਈ ਉਹਨਾਂ ਵੱਲੋਂ ਵਧੀਆ ਵਧੀਆ ਜਿਹੜੇ ਸਲੋਗਨ ਲਿਖੇ ਜਾ ਰਹੇ ਹੈ, ਜਿਸ ਤੋਂ ਬਾਅਦ ਕਿ ਜਿਹੜਾ ਪਿੰਡ ਮੱਲੂ ਨੰਗਲ ਹੈ ਉਹ ਪੂਰੇ ਪੰਜਾਬ ਦੇ ਵਿੱਚ ਆਪਣਾ ਵੱਖਰਾ ਨਾਮ ਜਿਹੜਾ ਹੈ ਉਹ ਕਮਾ ਰਿਹਾ ਹੈ। ਕੈਮਰਾਮੈਨ ਗੁਰਦਿਆਲ ਸਿੰਘ ਦੇ ਨਾਲ ਮੁਕੇਸ਼ ਮਹਿਰਾ, ਸੁਰਖਾਬ ਟੀਵੀ, ਅੰਮ੍ਰਿਤਸਰ, ਮੱਲੂ ਨੰਗਲ।